ਬਿਸਮਿਲ੍ਲਾ ਰਹਿਮਾਨ ਰਹੀਮ। ਇਸ ਟਾਈਮ ਮੈਂ ਜਿਹੜਾ ਨਾ ਫਰੂਟ ਵਾਲੀ ਸਾਈਡ 'ਤੇ ਆ ਗਿਆ। ਮਾਸ਼ਾਅੱਲਾ ਨਵੇਂ ਫਲ ਦੀ ਆਮਦ ਹੋ ਗਈ ਹੈ, ਮੌਸਮੀ ਆ ਗਈ ਹੈ। ਇਸ ਟਾਈਮ ਲਾਹੌਰ ਮੰਡੀ ਵਿੱਚ ਮੌਸਮੀ ਦੇ ਜਿਹੜਾ ਨਾ ਆਮਦ ਹੋ ਗਈ ਹੈ, ਇਹਦਾ ਰੇਟ ਹੈਗਾ ਇਸ ਟਾਈਮ 80 ਰੁਪਏ ਦਰਜਨ ਹੈ, ਕਿਉਂਕਿ ਅਜੇ ਕੱਚੀ ਥੋੜ੍ਹੀ ਜਿਹੀ, ਅਜੇ ਜ਼ਿਆਦਾ ਹੋਵੇ ਪੱਕੀ ਹੋਈ ਨਹੀਂ ਹੋਈ। ਇਹ ਮੰਡੀ ਵਿੱਚ ਬੈਠੇ ਹਾਂ, ਮੰਡੀ ਦੇ ਬਾਜ਼ਾਰ ਕੇ 250 ਰੁਪਏ ਕਿਲੋ ਵੇਚ ਰਹੇ ਹਾਂ, ਬਾਹਰ 400-500 ਰੁਪਏ ਕਿਲੋ ਵਿਕ ਰਹੀ ਹੈ। ਭਾਜੀ ਅੱਜ ਅਸੀਂ ਨਾਰੀਅਲ ਦਾ ਵੀ ਪਤਾ ਕਰਨੇ ਆ ਕਿ ਇਹਦਾ ਰੇਟ ਕੀ ਹੈ। ਭਾਈ ਹੋਰਾਂ ਕੋਲ ਪੁੱਛਿਆ, ਮਾਸ਼ਾਅੱਲਾ ਉਹ ਦੱਸ ਦਿਨ ਕਿ 250 ਤੋਂ ਲੈ ਕੇ 330 ਤੱਕ ਹੈ। 300 ਦਾ ਵੀ ਹੈ, 250 ਦਾ ਵੀ ਹੈ, ਯਾਨੀ ਕਿ ਉਹਦਾ ਫਰਕੋ ਫਰਕ ਹੀ ਹੁੰਦਾ ਹੈ। 800 ਦੀ ਪੇਟੀ, 850 ਦੀ, 850 ਦੀ ਪੇਟੀ ਹੈ ਜੀ। 4 ਕਿਲੋ ਇਹਦਾ ਵਜ਼ਨ ਹੈਗਾ, ਇਹ 210 ਰੁਪਏ ਤਕਰੀਬਨ ਪੈਂਦਾ। ਅੱਛੇ ਵਾਲਾ ਆੜੂ ਜਿਹੜਾ ਨਾ, ਇਹ ਸਫੈਦ ਆੜੂ ਹੈ, ਇਹ ਸ਼ਹਿਦ ਵਗੈਰਾ ਹੁੰਦਾ ਹੈ ਆੜੂ। ਇਹ 210 ਰੁਪਈਏ ਮੰਡੀ ਦਾ ਰੇਟ। ਸ਼ਕਰਗੰਦੀ ਕੀ ਰੇਟ? ਅਜੇ ਹੈ ਸਫੈਦ, ਲਾਲ ਨਹੀਂ। ਬਜ਼ੁਰਗੋ ਕੀ ਰੇਟ ਹੈ ਸ਼ਕਰਗੰਦੀ ਦਾ? 400 ਰੁਪਏ ਤੜੀ ਆ। ਅੱਛਾ, ਇਹ 400 ਰੁਪਏ ਤੜੀ, ਇਹ 500 ਰੁਪਏ ਤੜੀ, ਅਤੇ ਲਾਲ ਸ਼ਕਰਗੰਦੀ ਕਦੋਂ ਆਉਣੀ? ਲਾਲਾ ਇਹਦਾ ਕੀ ਰੇਟ ਹੈ? ਅੰਗੂ ਖਜੂਰ ਦਾ 650, ਅਤੇ ਜਿਹੜੀ ਰਾਨੀ 500 ਰੁਪਏ। ਦੇਖੋ ਜੀ, ਇਹ ਤਾਂ ਬੜੀ ਕਿਸਮਾਂ ਦੀ ਪਈ ਹੈ, ਕਮ ਸੇ ਕਮ 6-7 ਕਿਸਮਾਂ ਦੀ ਖਜੂਰ ਪਈ ਹੈ। 800 ਤੋੜੀ ਰਾਨੀ ਹੈ, ਮਜ਼ਾਫਤੀ ਹੈ, ਪਿਆਰਾ ਮੈਂ ਰਵਈ ਹੈ, ਇੱਕ ਮਜ਼ਾਫਤੀ ਡੱਬੀ ਵਾਲੀ ਹੈ, ਦੇਖੋ ਇਹ ਡੱਬੀ ਵਾਲੀ ਪਈ ਹੈ, ਖੋਇਆ ਖਜੂਰ ਜਿਹਨੂੰ ਕਹਿੰਦੇ ਨੇ, ਖੋਇਆ ਖਜੂਰ। ਦੇਖੋ ਨਾ ਬਾਈ ਹੋਰਾਂ ਤੁਹਾਨੂੰ ਦੱਸਿਆ ਕਿ ਇਹ ਪਈਆਂ ਖਜੂਰ, ਲੇਕਿਨ 800-900 ਤੋੜੀ ਵੀ ਕਿਲੋ ਹੈ। ਲਾਇਆ ਮਾੜਾ ਹੈ 900 ਰੁਪਏ ਕਾਲਾ ਚੌਂਸਾ, ਇਹ ਵੀ ਕਾਲਾ ਹੈ, ਇਹ ਲੇਟ 1000 ਰੁਪਏ ਦਾ, ਇਹ ਮੌਸਮੀ ਹੈ, ਇਹਦਾ ਕੀ ਰੇਟ ਹੈ? ਹਾਏ, ਮੌਸਮੀ ਦਾ 1500, ਠੀਕ ਹੈ, ਸਿੱਧਾ 160-170 ਰੁਪਏ ਹੈਗਾ। ਅਚੀਲ ਪਈ ਹੈ, ਅਚੀਲ ਹੈ, ਇਹਦਾ ਰੇਟ ਕੀ ਹੈ? ਖਜੂਰਾਂ ਦਾ ਪੇਟੀ ਵੇਚੀ ਦੀ, ਅੰਗੂਰ 300 ਰੁਪਏ ਕਿਲੋ ਹੈ, ਤੇ ਸੇਬ 1100 ਦੀ ਟੋਕਰੀ ਸੇਬ ਦੀ। ਲਾਲਾ ਕਿੰਨੇ ਧੜੀ? ਕਾਲਾ ਚੌਂਸਾ ਇਹਦਾ ਕੀ ਰੇਟ? 1300 ਰੁਪਏ, ਉਹ ਤਾਂ ਸਿੱਧਾ 150 ਪੈ ਗਿਆ, ਉਹ ਤਾਂ 150 ਰੁਪਏ ਪੈ ਗਿਆ। ਗੋਸ਼ਾ ਕਿੰਨੇ ਦੀ ਪੇਟੀ? 900 ਰੁਪਏ ਦੀ, ਇਹਦਾ ਕੀ ਰੇਟ? 8 ਕਿਲੋ ਵਜ਼ਨ ਹੈ, 900 ਰੁਪਏ। ਲਾਲਾ ਇਹ ਤਾਂ 110 ਰੁਪਈਏ ਪੈ ਗਿਆ, ਹੈਂ, ਬੜਾ ਸਸਤਾ ਪੈ ਗਿਆ, ਵਧੀਆ ਹੈ, ਬਿਹਤਰੀਨ ਵਾਲਾ, ਇਹ ਤਾਂ ਬੜਾ ਪਿਆਰਾ ਹੈਗਾ, ਹੈਂ, ਹਾਂਜੀ, ਹੱਸ ਕੇ 200 ਰੁਪਈਆ ਵੇਚ। ਮਾਸ਼ਾਅੱਲਾ ਜੀ, ਇਹ ਛੋਟਾ ਬਾਈ ਹੈ ਜਿਹੜਾ ਔਨਲਾਈਨ ਜਿਹੜਾ ਹੈ ਨਾ ਦੇ ਰਿਹਾ ਇਸ ਟਾਈਮ ਸਮਾਨ, ਔਰ ਸਬਜ਼ੀ ਵੀ ਦੇ ਰਿਹਾ ਹੈ, ਫਰੂਟ ਵੀ ਦੇ ਰਿਹਾ ਹੈ। ਅੱਗੇ ਇਨਸ਼ਾਅੱਲਾ ਕਿੰਨੂ ਸ਼ੁਰੂ ਹੋਏਗਾ, ਮੌਸਮੀ ਸ਼ੁਰੂ ਹੋਏਗੀ। ਇਸ ਟਾਈਮ
ਜਿਹੜੀ ਵੀ ਚੀਜ਼ ਤੁਸੀਂ ਮੰਗਾਉਣਾ ਚਾਹੁੰਦੇ ਨੇ, ਜਿਹੜੀਆਂ ਵੀ ਚੀਜ਼ਾਂ ਹਨ ਦਸਤਿਆਬ ਮੰਡੀ ਵਿੱਚ, ਉਹ ਇਨਸ਼ਾਅੱਲਾ ਦੇ ਰਿਹਾ। ਹਾਂਜੀ ਜਾਰੀ ਹੈ, ਅੱਲਾ ਕਾ ਸ਼ੁਕਰ ਹੈ, ਜਾਂ ਵੀ ਗਿਆ ਚੀਜ਼ ਅੱਛੀ ਗਈ ਹੈ, ਔਰ ਜੋ ਆਪ ਮੁਝਸੇ ਜੋ ਕੁਛ ਵੀ ਮੰਗਵਾਏ ਇਨਸ਼ਾਅੱਲਾ ਚੀਜ਼ ਅੱਛੀ ਮਿਲੇਗੀ, ਔਰ ਅੱਛੀ ਸੇ ਅੱਛੀ ਚੀਜ਼ ਹੈ, ਜੋ ਅੱਛੀ ਲੇਗੇ ਉਹ 2500-2600 ਤੱਕ ਅੱਛੀ ਚੀਜ਼ ਹੋ ਇੰਨੇ ਤੱਕ। ਹਾਂਜੀ ਮੌਸਮੀ ਜੋ ਚੌਂਸਾ ਜੋ ਲੋਕ ਮੰਗਵਾਤੇ ਹੈ, ਕਹਤੇ ਹੈ ਕਿ ਹਮੇ ਅਗਰ ਆਪਕੋ ਚਾਹੀਏ ਛੋਟੀ ਬੇਟੀ 12-13-1400 ਉਹ ਵੀ ਮਿਲ ਜਾਤੀ ਹੈ, ਉਹ ਨਹੀਂ ਹੈ, ਅਗਰ ਆਪਕੋ ਹੋਰ ਅੱਛੀ ਚੀਜ਼ ਚਾਹੀਏ ਤਾਂ ਉਹ ਆਪਕੋ 2500-2600 ਵਿੱਚ ਕੰਮ ਨਹੀਂ ਮਿਲੇਗੀ ਅੱਛੀ ਤੋਂ ਅੱਛੀ ਚੀਜ਼। ਅੱਛਾ ਆਪਣਾ ਨੰਬਰ ਬੋਲ ਜੀ। ਮੇਰਾ ਵਟਸਐਪ ਨੰਬਰ ਹੈ 0302898-0510160। ਕਿੰਨਾ ਇਹਦਾ ਵਜ਼ਨ ਹੁੰਦਾ? ਤਕਰੀਬਨ 10-12 ਕਿਲੋ ਵਜ਼ਨ ਹੁੰਦਾ ਇਹਦਾ, ਠੀਕ ਹੈ ਨਾ। ਇਹਦਾ ਹੋਲਸੇਲ ਦਾ ਰੇਟ ਮੁਖਤਲਿਫ ਰੇਟ ਹੁੰਦੇ ਨੇ, ਕਿਉਂਕਿ ਬੋਲੀ ਦੇ ਰੇਟ ਹੁੰਦੇ ਨੇ, ਇਹਦਾ ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਤੱਕ ਬੋਲੀ ਜਾਂਦੀ ਜਾਂ ਕਿੰਨੇ ਤੱਕ ਨਹੀਂ ਜਾਂਦੀ ਬੋਲੀ, ਠੀਕ ਹੈ ਨਾ। ਹੈਂ ਕੰਮ ਬੈਠ ਗਿਆ, ਮਾਰਕੀਟ ਬੈਠ ਗਿਆ, ਕੀ ਮਸਲਾ ਕੀ ਹੋਇਆ? 7-8 ਹਜ਼ਾਰ ਦਾ ਇਹਦਾ 10 ਕਿਲੋ ਵਜ਼ਨ ਹੁੰਦਾ। ਹਾਂ ਮਾਸ਼ਾਅੱਲਾ ਬਹੁਤ ਜ਼ਬਰਦਸਤ ਸਮਾਨ ਹੈਗਾ। 1800 ਦਾ ਵਿਕਰਾ ਦਾ 4-5 ਦਿਨ ਪਹਿਲੇ, ਹੁਣ ਕੀ ਇੱਕ ਵਾਰ ਕੀ ਹੋ ਗਿਆ? ਮਾਲ ਬਹੁਤ ਜ਼ਿਆਦਾ ਆ ਗਿਆ, ਬਾਕੀ ਸਹੀ ਹੋ ਗਿਆ। ਅੱਜ ਤੱਕ ਕਮ ਤੋਂ ਕਮ 100 ਗੱਡੀ ਆਈ ਹੋਈ ਹੈ, ਅੱਜ ਤਾਂ ਬਹੁਤ ਜ਼ਿਆਦਾ ਆਇਆ ਹੋਇਆ, ਬਹੁਤ ਜ਼ਿਆਦਾ ਆਇਆ। ਹਾਂਜੀ ਹਾਂਜੀ, ਦੇਖੋ ਨਾ ਭਾਈ ਹੋਰੀ ਕਹਿ ਰਹੇ ਨੇ ਗੁਲਿਸਤਾਨ ਤੋਂ ਜਿਹੜੇ ਨਾ 25 ਗਾੜੀਆਂ ਆਈਆਂ ਸੀ, ਅੱਡੇ ਸ਼ੁਰੂ ਹੋ ਗਏ ਮਾਸ਼ਾਅੱਲਾ। ਇਸ ਟਾਈਮ ਦਾ ਪਿਆਰਾ ਪਿਆ, ਮੈਂ ਤਾਂ ਆੜੂ ਦਾ ਰੇਟ ਪੁੱਛਣਾ ਲਾਲਾ, ਕਿੰਨੇ ਦੀ ਪੇਟੀ? 900 ਰੁਪਏ ਪੇਟੀ। ਵਜ਼ਨ? ਵਜ਼ਨ 6 ਕਿਲੋ। 6 ਕਿਲੋ ਵਜ਼ਨ ਹੈ ਜੀ। 150 ਰੁਪਏ ਕਿਲੋ ਪੇ। 150 ਰੁਪਏ ਹੱਸ ਕੇ ਪੈ ਜਾਏ, ਦੁਕਾਨ ਤੋਂ ਬਾਹਰ ਤੋਂ 250 ਵੇਚਦੇ। 7.5-7.5 ਮੈਂ ਕਹਿੰਦਾ ਸਰ, ਸੇਬ ਅੰਨੀ ਨਹੀਂ ਪਾ ਛੱਡੀ? ਆਤਮਾ ਨੀ, ਉਹਨੇ ਅੰਬ ਦੀ ਆਤਮਾ ਨੀ ਰੋਲ ਛੱਡੀ? ਹੈਂ ਕਿੱਥੇ? 2400-2500, 2500 ਦੀ ਪੇਟੀ ਨੂੰ ਜਿਹੜਾ ਨਾ ਉਹਨੇ ਕੰਡ ਭਰਨੇ ਲੈ ਆਉਂਦਾ। ਹੈਂ ਅਸੀਂ ਤੁਹਾਨੂੰ ਹਰ ਚੀਜ਼ ਦਾ ਰੋਜ਼ਾਨਾ ਦਾ ਰੇਟ ਦੱਸੀ ਦਾ ਕਿਹਾ ਰੇਟ ਹੈ। ਹਾਂਜੀ ਕਾਲਾ ਬਾਬਾ ਜੀ, ਮਾਸ਼ਾਅੱਲਾ ਕੀ ਬਾਤ ਹੈ, ਸਰ ਗੱਲ ਤਾਂ ਸੁਣੋ, ਸੇਬ ਨੇ ਆਤਮਾ ਰੋਲ ਦਿੱਤੀ, ਆਤਮਾ ਫਿਰ ਵੀ ਗੁੱਸੇ ਨਾਲ ਤੇਰੇ ਅੰਦਰ। ਅਸੀਂ ਤੁਹਾਨੂੰ ਅੱਜ ਇਨਸ਼ਾਅੱਲਾ ਵਿਖਾਉਂਦੇ ਹਾਂ ਕਿ ਮੰਡੀ ਕਿਸ ਤਰੀਕੇ ਰਸ਼ ਹੁੰਦਾ। ਇਹ ਲੋਕ ਜਿਹੜੇ ਆ ਖੋਤੇ ਰੇੜੀਆਂ ਵਾਲੇ ਆਏ ਖੜੇ ਨੇ, ਰਕਸ਼ਿਆ ਵਾਲੇ, ਇਹ ਸਿਰਫ ਆਏ ਨੇ ਕਿ ਗਾਹਕਾਂ ਨੇ ਲੈਣਾ ਹੈ ਦੂਸਰਾ ਮਾਲ, ਇਹ ਨਾ ਲੈ ਕੇ ਜਾਣਾ ਜਿੱਥੇ ਜਿੱਥੇ ਵੀ ਮਿਸਾਲ ਲਿਜਾਣਾ ਨੇ, ਕਿਸੇ ਨੇ 100 ਪੇਟੀ ਲੈਣੀ ਜਾਂ ਕਿਸੇ ਨੇ 200 ਪੇਟੀ ਲੈਣੀ ਹੈ, ਅਤੇ ਇਹ ਨਾ ਲੈ ਕੇ ਜਾਣਾ ਹੈ। ਵੇਖੋ ਕਿਸ ਤਰੀਕੇ ਰਸ਼ ਪਿਆ ਹੋਇਆ ਕਿ ਬੰਦਾ ਨਹੀਂ ਲੰਘ ਸਕਦਾ। ਰਕਸ਼ਿਆਂ ਵਾਲੇ, ਰੇੜੀਆਂ ਵਾਲੇ, ਰੇੜਿਆਂ ਵਾਲੇ ਸਭ ਆਏ ਹੋਏ, ਕਿ ਜਿਹੜੇ ਬਾਹਰ ਮੰਡੀਆਂ ਛੋਟੀਆਂ 'ਤੇ ਲਿਜਾਂਦੇ ਨਾ ਉਹ ਨਵਾਸ 'ਤੇ ਆਏ ਹੋਏ। ਗਾਹਕ ਕਿੱਥੇ ਅੱਜ ਬਣਦੇ ਦੱਸ? ਤੈਨੂੰ ਆਪਣਾ ਖਿਆਲ ਯਾਦ ਆਣਾ ਨਤਾ ਇਹਦਾ ਸਾਹ ਬਹਾਦਰ ਐ ਬਦਬਖਤ ਉੱਥੇ ਥਾਂ ਤੇ ਆ ਕੇ ਖਲੋਤੇ ਜਿੱਥੇ ਕਦੀ ਮਲਕ ਹਾਕੂ ਤੇ ਉਹਦੇ ਪੋਤਰੇ ਬੈਠੇ ਸਨ।